ਇਸ ਪੰਜਾਬ ਦੀ ਮਿੱਟੀ ਨੇ, ਮੇਰੇ ਪਿੰਡ ਲੋਹਗੜ੍ਹ ਦੀ ਮਿੱਟੀ ਨੇ ਮੈਨੂੰ ਬਹੁਤ ਕੁਛ ਦਿਆ। ਮੈਂ ਬਾਲ ਸਾਹਿਬ ਵੱਡਿਆਂ ਨਾਲ ਵੀ ਕੰਮ ਕਰਿਆ, ਛੋਟਿਆਂ ਨਾਲ ਵੀ ਕੰਮ ਕਰਿਆ। ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਦੀ ਰਾਮ ਮੰਦਿਰ ਦੇ ਵਿਰੋਧ ਸੀਗੀ। ਪ੍ਰਨੀਤ ਕੌਰ ਜੀ ਰਾਮ ਮੰਦਿਰ ਦੇ ਨਾਂ 'ਤੇ ਵੋਟਾਂ ਮੰਗ ਰਹੀ, ਰਾਮ ਰਾਮ ਕਰ ਰਹੀ ਹੈ। ਲੀਡਰਾਂ ਦੀ ਹਾਲਤ ਇਹੋ ਜਿਹੀ ਹੋ ਗਈ ਵੀ ਲੋਕ ਨਾਰਾਜ਼ ਹੋ ਗਏ। ਮੈਂ ਉਸ ਟਾਈਮ ਵੀ ਗਿਆ ਜਦੋਂ ਮੰਦਿਰ ਬਣ ਗਿਆ, ਪਰ ਮੈਂ ਕਦੇ ਵੋਟਾਂ ਵਾਸਤੇ ਫੋਟੋਆਂ ਨਹੀਂ ਖਿਚਵਾਈ। ਪੰਜਾਬ ਦੇ ਲੋਕ ਪਾਰਟੀ ਦਾ ਕੈਂਡੀਡੇਟ ਦਾ ਕਿਰਦਾਰ ਦੇਖਣਗੇ। ਜਿਹੜੇ ਦਲ ਬਦਲੂ ਆ ਨਾ ਵੀ ਅੱਜ ਕਿਤੇ ਦੂਸਰੇ ਪਾਸੇ ਆ, ਉਹਨਾਂ ਨੂੰ ਬਿਲਕੁਲ ਵੀ ਮੂੰਹ ਨਹੀਂ ਲਾਣਗੇ। ਟਰੈਕਟਰ ਤੇ ਚੋਣ ਗੇੜੀ ਲਗਾਉਣ ਦੇ ਲਈ ਅੱਜ ਸ਼ਾਹੀ ਸ਼ਹਿਰ ਪਟਿਆਲਾ ਪਹੁੰਚੇ ਆ, ਔਰ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਹੋਰਾਂ ਦੇ ਨਾਲ ਚੋਣ ਗੇੜੀ ਜਿਹੜੀ ਟਰੈਕਟਰ ਦੇ ਉੱਤੇ ਲਗਾਵਾਂਗੇ। ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਨਮਸਕਾਰ। ਟਰੈਕਟਰ ਚਲਾ ਲੈਂਦੇ? ਮੈਂ ਸਾਰਾ ਕੁਛ ਹੀ ਚਲਾਉਂਦੇ, ਮੈਂ ਬਲਦਾਂ ਵਾਲਾ ਗੱਡਾ ਵੀ ਚਲਾਉਂਦੇ ਹਾਂ, ਟਰੈਕਟਰ ਵੀ ਚਲਾਉਂਦੇ ਹਾਂ, ਗੱਡੀ ਵੀ ਚਲਾਉਂਦੇ ਹਾਂ, ਜਹਾਜ਼ ਵੀ ਚਲਾਉਂਦੇ ਹਾਂ। ਤੁਸੀਂ ਤਾਂ ਚੰਨੀ ਸਾਹਿਬ ਵਾਲੀ ਗੱਲ ਕਰਤੀ, ਕਹਿੰਦੇ ਸਭ ਕੁਛ ਕਰ ਲੈਣਾ। ਸਾਰਾ ਕੁਛ ਮੈਂ ਆਪਣੇ ਹੱਥਾਂ ਨਾਲ ਕਰਿਆ ਜੀ। ਅਖੀਰਲੀ ਵਾਰ ਟਰੈਕਟਰ ਕਦੋਂ ਚਲਾਇਆ ਸੀ? ਅਖੀਰਲੀ ਵਾਰ ਤਾਂ ਮੇਰੇ ਖਿਆਲ 2 ਸਾਲ ਪਹਿਲਾਂ ਚਲਾਇਆ। ਇੰਨਾ ਸਮਾਂ ਕਿਉਂ ਲੱਗ ਗਿਆ ਟਰੈਕਟਰ ਚਲਾਉਣ ਲਈ? ਜ਼ਰੂਰਤ ਨਹੀਂ ਪਈ ਕਿਤੇ ਚਲਾਉਣ ਦੀ। ਟਰੈਕਟਰ ਜਦੋਂ ਸ਼ਬਦ ਸੁਣਦੇ ਹੋ, ਸਭ ਤੋਂ ਪਹਿਲਾਂ ਕੀ ਇੱਕ ਲਾਈਨ 'ਚ ਅਗਰ ਡਿਸਕ੍ਰਾਈਬ ਕਰਨਾ ਹੋਵੇ ਤੁਹਾਡੇ ਧਿਆਨ 'ਚ ਆਉਂਦਾ? ਜਦੋਂ ਟਰੈਕਟਰ ਸ਼ਬਦ ਸੁਣਦੇ ਆ ਨਾ ਜੀ, ਮੈਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈਗਾ। ਇਹਨੇ ਮੈਂ ਨਾ ਜੀ, ਤੁਸੀਂ ਦੇਖੋ 8ਵੀਂ ਕਲਾਸ 'ਚ ਮੈਂ ਖੇਤੀ ਸ਼ੁਰੂ ਕਰੀ ਜੀ। ਉਸ ਟਾਈਮ ਆਪਾਂ ਬਲਦਾਂ ਨਾਲ ਖੇਤੀ ਸ਼ੁਰੂ ਕਰੀ। ਜਿਸ ਟਾਈਮ ਪਹਿਲਾ ਟਰੈਕਟਰ ਲਿਆ ਪੁਰਾਣਾ, 25-11 ਟਰੈਕਟਰ ਉਸ ਟਾਈਮ ਹੁੰਦਾ ਤਾ। ਇਹਨੇ ਤੁਸੀਂ ਦੇਖ ਲਿਓ, ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਸੀ, ਇੰਨਾ ਚਾਅ ਸੀਗਾ ਵੀ ਸਵੇਰੇ ਖੇਤਾਂ 'ਚ ਟਰੈਕਟਰ ਨਾਲ ਵਾਹੀ ਕਰਾਂਗੇ। ਮਤਲਬ ਬੜੀ ਖੁਸ਼ੀ ਦਿਲ ਤੋਂ ਹੁੰਦੀ ਹੈ, ਪਰਮਾਤਮਾ ਦੀ ਕਿਰਪਾ, ਜੱਡੀ ਵੱਡੀ ਬਖਸ਼ਿਸ਼ ਮੇਰੇ 'ਤੇ ਹੋਈ ਆ। ਮੈਂ ਤੁਸੀਂ ਦੇਖੋ ਵੀ ਸਰਕਾਰੀ ਸਕੂਲ 'ਚ ਪੜ੍ਹਿਆ, ਅਤੇ ਮੇਰੇ ਪਿੰਡ ਤੋਂ ਜਿਹੜਾ ਮੇਰਾ ਸਕੂਲ 2.5 ਕਿਲੋਮੀਟਰ ਦੂਰ ਸੀਗਾ, ਕਿੰਨੇ ਵਾਰੀ ਨੰਗੇ ਪੈਰ ਸਕੂਲ ਗਿਆ। ਫਿਰ ਖੇਤੀ ਥੋੜ੍ਹੀ ਹੋਲਡਿੰਗ ਆ ਸਾਡੇ ਪੁਆਧ 'ਚ ਨਾ ਜੀ, ਲੈਂਡ ਹੋਲਡਿੰਗ ਬੜੀ ਘੱਟ ਆ, 14-15 ਕਿੱਲੇ ਜ਼ਮੀਨ। ਤੁਹਾਡੇ ਕੋਲ ਇਸ ਵੇਲੇ ਕਿੰਨੀ ਜ਼ਮੀਨ? ਚਲੋ ਹੁਣ ਤਾਂ ਪਰਮਾਤਮਾ ਦੀ ਬਖਸ਼ਿਸ਼ ਆ, ਅਲੱਗ ਅਲੱਗ ਆ ਮੇਰਾ ਅਰਬਨਾਈਜੇਸ਼ਨ ਦਾ ਬਿਜ਼ਨਸ। ਖੇਤੀ ਵਾਸਤੇ ਕਿੰਨੀ ਕੁ ਜ਼ਮੀਨ? ਖੇਤੀ ਵਾਸਤੇ ਤਾਂ ਥੋੜ੍ਹੀ ਦਿੰਦੇ ਹੋ ਜਾਂ? ਨਹੀਂ ਨਹੀਂ, ਖੇਤੀ ਤਾਂ ਥੋੜ੍ਹੀ ਬਹੁਤੀ ਕਰਦੇ ਹਾਂ, 2-4 ਏਕੜ 'ਚ, ਅਤੇ ਜ਼ਿਆਦਾ ਖੇਤੀ ਨਹੀਂ ਕਰਦੇ। ਪਰ ਮੈਂ ਨਾ ਬੜੇ ਨਜ਼ਦੀਕੀ ਤੋਂ ਖੇਤੀ ਦੇਖੀ ਆ। ਮਤਲਬ ਇੱਕ ਤਾਂ ਅਮੀਰ ਕਿਸਾਨ ਹੁੰਦੇ ਆ ਜਿਹੜੇ ਥੱਲੇ ਲੈਵਲ ਤੋਂ, ਮੈਂ ਤੁਸੀਂ ਦੇਖੋ ਵੀ ਬਲਦਾਂ ਨਾਲ ਵੀ ਖੇਤੀ ਕਰੀ, ਮੈਂ ਟਰੈਕਟਰ ਨਾਲ ਵੀ ਖੇਤੀ ਕਰੀ, ਮੈਂ ਕਣਕ ਬੀਜੀ ਵੀ ਆ, ਕਣਕ ਵੱਢੀ ਵੀ ਆ, ਮੈਂ ਜੀਰੀ ਲਾਈ ਵੀ ਆ, ਜੀਰੀ ਝਾੜੀ ਵੀ ਹੈਗੀ, ਮੈਂ ਗੰਨੇ ਬੀਜੇ ਵੀ ਆ, ਗੰਨੇ ਇਕੱਠੇ ਵੀ ਆ, ਔਰ ਮੈਂ ਚਰੀ ਬੀਜੀ ਵੀ ਆ, ਚਰੀ ਵੱਢੀ ਵੀ ਆ, ਚਰੀ ਦੇ ਵਿੱਚ ਵੜ ਕੇ ਵਿੱਘਾ ਨਾਪ ਕੇ ਚਰੀ ਵੇਚੀ ਵੀ ਆ, ਮੈਂ ਗਾਜਰਾਂ ਬੀਜੀਆਂ ਵੀ ਆ, ਗਾਜਰਾਂ ਧੋਈਆਂ ਵੀ ਆ, ਤੇ ਗਾਜਰਾਂ ਵੇਚੀਆਂ ਵੀ ਹੈਗੀਆਂ। ਚਲੋ ਅੱਜ ਟਰੈਕਟਰ ਤੇ ਦੇਖਦੇ ਆ ਤੁਹਾਨੂੰ ਕਿਸ ਤਰੀਕੇ ਨਾਲ ਟਰੈਕਟਰ ਚਲਾ ਲੈਂਦੇ ਹੋ, ਔਰ ਸੱਟੋਗੇ ਤਾਂ ਨਹੀਂ? ਚਲੋ ਸਿੱਟਾਂਗੇ ਤਾਂ ਇਕੱਠੇ ਹੀ ਜਾਵਾਂਗੇ। ਇਸ ਕਰਕੇ ਨਾ, ਕਿਉਂਕਿ ਤੁਸੀਂ ਉਹਨਾਂ ਦਿਨਾਂ ਦਾ ਜ਼ਿਕਰ ਕਰ ਰਹੇ ਹੋ, ਅਸੀਂ ਐਨ ਕੇ ਸ਼ਰਮਾ ਹੋਰਾਂ ਨੂੰ ਜਿਹੜਾ ਦੇਖਿਆ, ਇੱਕ ਵੱਡੇ ਬਿਲਡਰ ਦੇ ਤੌਰ ਤੇ ਦੇਖਿਆ, ਇੱਕ ਵੱਡੇ ਬਿਜ਼ਨਸਮੈਨ ਦੇ ਤੌਰ ਦੇ ਉੱਤੇ ਦੇਖਿਆ। ਅੱਜ ਕੱਲ ਪਤਾ ਨਹੀਂ ਲੱਗਦਾ ਸਿਆਸੀ ਪਾਰਟੀ ਨੂੰ ਕਦੋਂ ਝਟਕਾ ਕਿਹੜਾ ਲੀਡਰ ਦੇ ਦੇ। ਕੋਈ ਝਟਕਾ ਨਹੀਂ ਭਾਜੀ, ਇਹ ਵਹਿਮ ਹੋ ਗਿਆ ਐਕਚੁਅਲੀ ਪਾਰਟੀਆਂ ਨੂੰ ਵੀ। ਲੀਡਰਾਂ ਦੀ ਹਾਲਤ ਇਹੋ ਜਿਹੀ ਹੋ ਗਈ ਵੀ ਲੋਕ ਨਾਰਾਜ਼ ਹੋ ਗਏ। ਪਹਿਲਾਂ ਲੀਡਰ, ਹੁਣ ਇੱਕ ਲੀਡਰ ਪੈਦਾ ਜਿਹੜਾ ਹੁੰਦਾ ਸੀਗਾ 30-40 ਸਾਲ ਤਪੱਸਿਆ ਕਰਕੇ, ਜੇਲ੍ਹਾਂ ਕੱਟ ਕੇ, ਪੰਜਾਬ ਦੇ ਹੱਕਾਂ ਦੀ ਲੜਾਈ ਲੜ ਕੇ। ਦੇਖੋ ਮੈਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਜੀ ਨੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਕਰਿਆ। ਮੈਂ ਬਾਲ ਸਾਹਿਬ ਵੱਡਿਆਂ ਨਾਲ ਵੀ ਕੰਮ ਕਰਿਆ, ਛੋਟਿਆਂ ਨਾਲ ਵੀ ਕੰਮ ਕਰਿਆ। ਉਹ ਲੀਡਰ ਸੀਗੇ ਜਿਹੜੇ 19-19 ਸਾਲ ਜੇਲ੍ਹ ਕੱਟੀ। ਇਹੋ ਜਿਹੇ ਵਰਕਰ ਹੈਗੇ ਜਿੰਨੀ ਮੇਰੀ ਨਾ ਟੋਟਲ ਜ਼ਿੰਦਗੀ ਆ, ਇੰਨਾ ਉਹਨਾਂ ਦਾ ਰਾਜਨੀਤਿਕ ਤਜਰਬਾ ਆ। ਪਰ ਉਹਨਾਂ ਨੇ ਸਾਰੀ ਜ਼ਿੰਦਗੀ ਇੱਕੋ ਪਾਰਟੀ 'ਚ ਲਾਈ,
ਅੱਜ ਕੱਲ ਤਾਂ ਲੀਡਰਾਂ ਦੀ ਹਾਲਤ ਇਹ ਹੋ ਗਈ ਵੀ ਸਵੇਰੇ ਕਿਤੇ, ਸ਼ਾਮ ਨੂੰ ਕਿਸੇ ਤੇ ਰਾਤ ਨੂੰ ਕਿਸੇ ਹੋਰ ਜਗ੍ਹਾ। ਸੋ ਇਸੇ ਕਰਕੇ ਪਬਲਿਕ ਜਿਹੜੀ ਆ ਨਾ ਨਾਰਾਜ਼ ਹੋ ਰਹੀ ਆ। ਲੇਕਿਨ ਪੰਡਤਾਂ ਦਾ ਮੁੰਡਾ ਪੰਥਕ ਪਾਰਟੀ ਚ ਕਿਵੇਂ ਐਡਜਸਟ ਹੋ ਗਿਆ? ਪੰਥਕ ਦੇਖੋ, ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਆ, ਪੰਜਾਬ ਦੇ ਹਿੱਤਾਂ ਦੀ ਜਿਹੜੀ ਪਾਰਟੀ ਆ, ਲੜਾਈ ਲੜਨ ਵਾਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ। ਸੋ ਇਸ ਪੰਜਾਬ ਨੇ, ਇਸ ਪੰਜਾਬ ਦੀ ਮਿੱਟੀ ਨੇ, ਮੇਰੇ ਪਿੰਡ ਲੋਗੜ ਦੀ ਮਿੱਟੀ ਨੇ ਮੈਨੂੰ ਬਹੁਤ ਕੁਛ ਦਿਆ। ਲੇਕਿਨ ਮੇਰਾ ਸਵਾਲ ਇਹ ਸੀ, ਪੰਥਕ ਪਾਰਟੀ ਚ ਪੰਡਤਾਂ ਦਾ ਮੁੰਡਾ, ਕਿਉਂਕਿ ਜਿਹੜੀ ਪਾਰਟੀ ਪੰਥ ਦੀ ਗੱਲ ਕਰਦੀ ਹੈ, ਜਿਹੜੀ ਪਾਰਟੀ ਬੰਦੀ ਸਿੰਘਾਂ ਦਾ ਜ਼ਿਕਰ ਕਰਦੀ ਹੈ, ਉੱਥੇ ਪੰਡਤਾਂ ਦਾ ਮੁੰਡਾ ਕਿਵੇਂ ਲੜ ਰਿਹਾ? ਪੂਰੇ ਹਿੰਦੁਸਤਾਨ ਚ ਕੱਲੀ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਆ, ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਗੱਲ ਕਰਦੀ ਆ। ਜੇ ਪੰਜਾਬ ਚ ਜਦੋਂ ਕਾਂਗਰਸ ਨੇ ਅਕਾਲ ਤਖ਼ਤ ਸਾਹਿਬ ਤੇ ਅਟੈਕ ਕਰਿਆ, 84 ਚ ਕਤਲੇਆਮ ਹੋਇਆ, ਉਸ ਟਾਈਮ ਸਭ ਤੋਂ ਵੱਡੀ ਜਿਹੜੀ ਤਰਾਸਦੀ ਰਹੀ ਆ ਕਿ ਕਾਂਗਰਸ ਨੇ ਸਾਡੀ ਹਿੰਦੂ ਸਿੱਖ ਭਾਈਚਾਰਕ ਸਾਂਝ ਜਿਹੜੀ ਉਹ ਖਤਮ ਕਰਨ ਦੀ ਕੋਸ਼ਿਸ਼ ਕਰੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬੀਜੇਪੀ ਦੇ ਨਾਲ ਉਸ ਟਾਈਮ ਸਮਝੌਤਾ ਕਰਿਆ ਜਦੋਂ ਦੇਸ਼ 'ਚ ਉਹਨਾਂ ਦੀ ਇੱਕ ਵੀ ਸੀਟ ਨਹੀਂ ਸੀ ਪੂਰੇ ਦੇਸ਼ 'ਚ, ਔਰ ਪੰਜਾਬ 'ਚ 1% ਵੀ ਵੋਟ ਨਹੀਂ ਸੀ, ਸਿਰਫ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਵਾਸਤੇ। ਸੋ ਮੈਂ ਸਮਝਦਾ ਕਿ ਪੰਜਾਬੀਆਂ ਦੀ ਹਿੱਤਾਂ ਦੀ ਲੜਾਈ ਇਕੱਲੀ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਰ ਸਕਦੀ ਆ। ਲੇਕਿਨ ਤੁਹਾਨੂੰ ਉਮਰ ਨਹੀਂ ਆਈ ਕਦੀ ਬੀਜੇਪੀ ਦੇ ਵੱਲੋਂ, ਕਿਉਂਕਿ ਹਿੰਦੂ ਚਿਹਰਾ ਹੋ ਤੁਸੀਂ ਵੱਡਾ ਪਾਰਟੀ ਦੇ ਵਿੱਚ, ਜਦੋਂ ਅਲਾਇੰਸ ਟੁੱਟਿਆ ਤਾਂ ਜਾਣਕਾਰੀ ਮਿਲੀ ਇੱਕ ਵਾਰ ਬੀਜੇਪੀ ਦੇ ਇੱਕ ਲੀਡਰ ਦਾ ਫੋਨ ਵੀ ਤੁਹਾਨੂੰ ਆਇਆ ਸੀ? ਭਾਜੀ, ਬੀਜੇਪੀ ਕੋਈ ਹਿੰਦੂਆਂ ਦੀ ਠੇਕੇਦਾਰ ਤਾਂ ਹੈ ਨਹੀਂ, ਗੱਲ ਤਾਂ ਲੋਕਾਂ ਦੇ ਹਿੱਤਾਂ ਦੀ ਲੜਾਈ ਦੀ ਗੱਲ ਆ। ਸ਼੍ਰੋਮਣੀ ਅਕਾਲੀ ਦਲ ਇਕੱਲੀ ਪਾਰਟੀ ਆ ਜਿਹੜੀ ਪੰਜਾਬ ਦੇ ਅੰਦਰ ਸ਼ਾਂਤੀ ਵੀ ਸਥਾਪਿਤ ਕਰੀ ਔਰ ਪੰਜਾਬ ਦੇ ਅੰਦਰ ਡਿਵੈਲਪਮੈਂਟ ਵੀ ਕਰੀ ਹੈ। ਸੋ ਬੀਜੇਪੀ ਜਦੋਂ ਪੰਜਾਬ ਦੇ ਹਿੱਤਾਂ ਦੇ ਖਿਲਾਫ ਗਈ, ਸ਼੍ਰੋਮਣੀ ਅਕਾਲੀ ਦਲ ਨੇ ਉਹਦਾ ਸਾਥ ਛੱਡ ਦਿਆ। ਸਾਡੀ ਪ੍ਰਾਇਓਰਟੀ ਪੰਜਾਬ ਦੇ ਹਿੱਤਾਂ ਦੀ ਰਾਖੀ ਆ, ਔਰ ਬੰਦੇ ਦਾ ਕਿਰਦਾਰ ਅਤੇ ਇੱਕ ਕਰੈਕਟਰ ਹੁੰਦਾ ਹੈਗਾ। ਮੈਂ ਉਸ ਸੰਸਕਾਰ 'ਚ ਪੈਦਾ ਹੋਇਆ, ਜਿਸ ਦਿਨ ਮੈਂ ਸਰਪੰਚ ਬਣਿਆ, ਮੇਰੇ ਪਿਤਾ ਜੀ ਨੇ ਮੈਨੂੰ ਇੱਕ ਗੱਲ ਕਹੀ ਸੀਗੀ ਵੀ ਜੇ ਰਿਸ਼ਵਤ ਦਾ ਪੈਸਾ 1 ਰੁਪਇਆ ਵੀ ਘਰ 'ਚ ਆ ਗਿਆ ਨਾ, ਇਹ ਘਰ ਬਰਬਾਦ ਹੋ ਜੂਗਾ, ਇਸ ਕਰਕੇ ਪੂਰੀ ਜ਼ਿੰਦਗੀ ਖਿਆਲ ਰੱਖੀ। ਜਦੋਂ ਬੀਜੇਪੀ ਰਾਮ ਮੰਦਰ 'ਤੇ ਵੋਟ ਮੰਗ ਰਹੀ, ਅਸੀਂ ਪਟਿਆਲਾ 'ਚ ਦੇਖ ਰਹੇ ਹਾਂ, ਅਸੀਂ ਕਈ ਲੁਧਿਆਣੇ 'ਚ ਦੇਖ ਰਹੇ ਹਾਂ, ਰਾਮ ਮੰਦਰ ਔਰ ਕਿੰਨਾ ਅਸਰ ਤੁਹਾਨੂੰ ਨਜ਼ਰ ਆਉਂਦਾ ਵਾ ਜਦੋਂ ਤੁਸੀਂ ਬੀਜੇਪੀ ਤੋਂ ਬਿਨਾਂ ਇਲੈਕਸ਼ਨ ਲੜ ਰਹੇ ਹੋ, ਅਕਾਲੀ ਦਲ ਜਦੋਂ ਇਸ ਤਰੀਕੇ ਦਾ ਮਾਹੌਲ ਦੇਸ਼ ਦੇ ਵਿੱਚ ਬਣਿਆ ਹੈ ਤਾਂ ਕਿੱਥੇ ਖੜਾ ਵੈ? ਭਾਜੀ, ਅੱਜ ਪੰਜਾਬ ਦੀ ਬੀਜੇਪੀ ਨੂੰ ਜੱਜ ਕਰੋ ਤੁਸੀਂ, ਪੰਜਾਬ ਦੀ ਬੀਜੇਪੀ ਕਹਿ ਰਿਹਾ ਮੈਂ, ਪੰਜਾਬ ਦਾ ਪ੍ਰਧਾਨ। ਸਾਰੇ ਰਾਮ ਮੰਦਰ ਵਿਰੋਧੀ ਸੀਗੇ, ਜਾਖੜ ਸਾਹਿਬ ਕਾਂਗਰਸ ਦੇ ਪ੍ਰਧਾਨ ਤੇ ਰਾਮ ਮੰਦਰ ਦੇ ਵਿਰੋਧ 'ਚ ਸਟੇਟਮੈਂਟਾਂ ਦਿੰਦੇ ਤੇ, ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਦੀ ਰਾਮ ਮੰਦਰ ਦੇ ਵਿਰੋਧ 'ਚ ਸੀਗੀ, ਬਿੱਟੂ ਕਾਂਗਰਸ ਦਾ MP ਦਾ ਰਾਮ ਮੰਦਰ ਦੇ ਖਿਲਾਫ ਦੇ ਰਿਹਾ ਤਾ, ਇਸਤਰੀ ਵਿੰਗ ਦੀ ਪ੍ਰਧਾਨ ਜੈਇੰਦਰ ਕੌਰ ਰਾਮ ਮੰਦਰ ਦੇ ਵਿਰੋਧ 'ਚ ਸੀਗੀ। ਮੈਨੂੰ ਤੁਸੀਂ ਦੱਸੋ ਵੀ ਇਹ ਕਿਹੜਾ ਫਾਰਮੂਲਾ ਵੀ ਗੱਲ 'ਚ ਇੱਕ ਪਟਾਕਾ ਕਹਿੰਦੇ ਆ, ਪਟਕਾ ਪਾ ਕੇ ਅਤੇ ਤੁਸੀਂ ਦਿਮਾਗ ਦੀ ਚਿਪ ਚੇਂਜ ਕਰ ਦਿਓਗੇ? ਮਤਲਬ ਇਹ ਆ ਵੀ ਤੁਸੀਂ ਕਾਂਗਰਸ ਪਾਰਟੀ 'ਚ 30 ਸਾਲ ਰਹੇ, ਉਹਨੂੰ ਛੱਡ ਕੇ 3 ਦਿਨ ਪਹਿਲਾਂ BJP 'ਚ ਆ ਗਏ ਅਤੇ ਤੁਹਾਡੇ 'ਚ ਰਾਮ ਪ੍ਰਤੀ ਸਦਾ ਸ਼ਰਧਾ ਉਤਪੰਨ ਹੋ ਗਈ? ਬਿਲਕੁਲ ਵੀ ਨਹੀਂ। ਪ੍ਰਕਾਸ਼ ਸਿੰਘ ਬਾਦਲ ਜੀ ਨੇ ਪੰਜਾਬ ਦੇ ਅੰਦਰ ਹਰ ਵਰਗ ਦਾ ਖਿਆਲ ਰੱਖਿਆ। ਤੁਸੀਂ ਦੇਖੋ, ਬਾਦਲ ਸਾਹਿਬ ਨੇ ਖਾਲਸਾ ਹੈਰੀਟੇਜ ਕੰਪਲੈਕਸ ਬਣਾਇਆ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਬਣਾਈ, 250 ਕਰੋੜ ਰੁਪਇਆ ਦੁਰਗਿਆਨਾ ਟੈਂਪਲ 'ਤੇ ਖਰਚ ਕਰਿਆ, 250 ਕਰੋੜ ਰੁਪਇਆ ਰਾਮ ਤੀਰਥ ਸਥਾਨ
ਜਿੱਥੇ ਲਵ ਕੁਸ਼ ਜੀ ਨੂੰ ਭਗਵਾਨ ਵਾਲਮੀਕ ਜੀ ਨੇ ਗਿਆਨ ਦਿਆ ਉਸ 'ਤੇ ਖਰਚ ਕਰਿਆ। ਖਿਲਾਰਗੜ੍ਹ 'ਚ 200-250 ਕਰੋੜ ਰੁਪਏ ਦਾ ਪ੍ਰੋਜੈਕਟ ਬਣਾਇਆ, ਪਰ ਬਾਲ ਸਾਹਿਬ ਨੇ ਕਦੇ ਨਾ ਦੁਰਗਿਆਨਾ ਮੰਦਿਰ ਦੇ ਨਾਂ 'ਤੇ ਵੋਟ ਮੰਗੀ, ਨਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਂ 'ਤੇ, ਯਾਦਗਾਰ ਦੇ ਨਾਂ 'ਤੇ। ਲੇਕਿਨ ਪੰਥ 'ਤੇ ਵੋਟ ਮੰਗਦੀ ਅਕਾਲੀ ਦਲ, ਹਮੇਸ਼ਾ ਪੰਥ ਦੇ ਨਾਮ 'ਤੇ ਵੋਟ ਮੰਗਦੀ ਅਕਾਲੀ ਦਲ। ਪੰਥਾਂ ਦੀ ਕਹਿੰਦੀ ਕਿ ਪੰਥ ਦੀ ਇਕਲੌਤੀ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਤਾਂ ਹੈ ਹੀ ਪੰਥ ਦੀ ਪਾਰਟੀ, ਪੰਜਾਬ ਦੀ ਪਾਰਟੀ। ਪੰਥ ਔਰ ਪੰਜਾਬ ਅਲੱਗ ਥੋੜ੍ਹੀ ਹੈ ਜੀ। ਲੇਕਿਨ ਕਿਤੇ ਨਾ ਕਿਤੇ ਧਰਮ ਦੇ ਨਾਂ 'ਤੇ ਤਾਂ ਵੋਟ ਮੰਗੀ ਜਾ ਰਹੀ ਨਾ ਅਕਾਲੀ ਦਲ ਦੇ ਵੱਲੋਂ ਵੀ, ਇਸੇ ਕਰਕੇ ਤਾਂ ਰਾਮ ਮੰਦਿਰ ਦੇਖਣ ਦੇ ਲਈ ਅਯੋਧਿਆ ਕੋਈ ਵੀ ਅਕਾਲੀ ਦਲ ਦਾ ਲੀਡਰ ਗਿਆ ਹੀ ਨਹੀਂ। ਅਕਾਲੀ ਦਲ ਕਿਉਂ ਨਹੀਂ ਰਾਮ ਮੰਦਿਰ ਉੱਥੇ ਗਏ ਉਸ ਮੌਕੇ ਦੇ ਉੱਤੇ? ਬਿਲਕੁਲ, ਆਪਣੀ ਸਟੇਟਮੈਂਟ ਕਰੈਕਟ ਕਰੋ। ਮੈਂ ਉਸ ਟਾਈਮ ਵੀ ਗਿਆ ਜਦੋਂ ਰਾਮ ਲਲਾ ਟੈਂਟ ਦੇ ਅੰਦਰ ਹੁੰਦੇ ਸੀਗੇ, ਮੈਂ ਉਸ ਟਾਈਮ ਵੀ ਗਿਆ ਜਦੋਂ ਮੰਦਿਰ ਬਣ ਗਿਆ, ਪਰ ਮੈਂ ਕਦੇ ਵੋਟਾਂ ਵਾਸਤੇ ਫੋਟੋਆਂ ਨਹੀਂ ਖਿਚਵਾਈਆਂ। ਸੁਖਬੀਰ ਬਾਦਲ ਗਏ ਰਾਮ ਮੰਦਿਰ, ਜ਼ਰੂਰੀ ਤਾਂ ਨਹੀਂ ਵੀ ਸੁਖਬੀਰ ਬਾਦਲ ਹਰੇਕ ਜਗ੍ਹਾ ਗਏ। ਸੁਖਬੀਰ ਬਾਦਲ ਜੀ ਇੱਥੇ ਕਾਲੀ ਮਾਤਾ ਦੇ ਮੰਦਿਰ ਵੀ ਆਉਂਦੇ ਆ, ਰਾਮ ਤਾਂ ਹਰੇਕ ਜਗ੍ਹਾ, ਰਾਮ ਤਾਂ ਅੰਦਰ ਵੀ ਹੈ ਸਾਡੇ। ਪਰ ਇੱਕ ਮੈਂ ਤੁਹਾਨੂੰ ਬੇਨਤੀ ਕਰਾਂ, ਮਹਾਰਾਣੀ ਪ੍ਰਨੀਤ ਕੌਰ ਜੀ ਰਾਮ ਮੰਦਿਰ ਦੇ ਨਾਂ ਤੇ ਵੋਟਾਂ ਮੰਗ ਰਹੀ, ਰਾਮ ਰਾਮ ਕਰ ਰਹੀ ਹੈ। ਉਹਨਾਂ ਜਿੱਥੇ ਉਹ 4 ਵਾਰੀ MP ਰਹੇ, 2 ਵਾਰੀ ਮੁੱਖ ਮੰਤਰੀ ਰਹੇ, ਉਹਨਾਂ ਦੇ ਹਲਕੇ 'ਚ ਭਗਵਾਨ ਰਾਮ ਜੀ ਦੇ ਨਾਨਕੇ ਆ। ਤੇ ਮੈਂ ਜਿਸ ਦਿਨ ਮੈਨੂੰ ਟਿਕਟ ਮਿਲੀ, ਮੈਂ ਉੱਥੇ ਮੱਥਾ ਟੇਕਣ ਗਿਆ, ਤਾਂ ਤੁਸੀਂ ਦੇਖ ਲਿਓ ਵੀ ਉੱਥੇ ਇੱਕ ਛੋਟਾ ਜਿਹਾ ਕਮਰਾ ਆ, ਬਾਹਰ ਲਿਖਿਆ ਹੋਇਆ ਮਾਤਾ ਕੁਸੱਲਿਆ ਮੰਦਿਰ, ਅੰਦਰ ਪ੍ਰਸਾਦ ਦੇਣ ਵਾਲਾ ਬੰਦਾ ਵੀ ਨਹੀਂ ਲੱਭਿਆ। ਔਰ ਮਹਾਰਾਣੀ ਪ੍ਰਨੀਤ ਕੌਰ ਜੀ, ਹੋਰ ਠੀਕ ਠਾਕ ਸਰ, ਮਹਾਰਾਣੀ ਪ੍ਰਨੀਤ ਕੌਰ ਜੀ ਕਦੇ ਮੱਥਾ ਟੇਕਣ ਵੀ ਨਹੀਂ ਉੱਥੇ ਗਏ। ਪੁੱਛ ਲਿਓ ਤੁਸੀਂ ਕੁਐਸਚਨ ਵੀ ਕਦੇ ਗਏ ਹੋਣ। ਸ਼ਰਮਾ ਦਾ ਮਨ ਨਹੀਂ ਕਰਦਾ ਕਿ ਮੱਥੇ ਤੇ ਟਿੱਕਾ ਲਾ ਕੇ ਔਰ ਰਾਮ ਦੇ ਮਨ ਦੇ ਵਿੱਚ ਜਿਹੜਾ ਉਸ ਤਰੀਕੇ ਦੇ ਨਾਲ ਵੋਟ ਜਿਹੜੀ ਉਹ ਮੰਗੀ ਜਾਵੇ ਪਟਿਆਲੇ ਦੇ ਵਿੱਚ, ਜਦੋਂ ਸ਼ਹਿਰ ਦਾ ਜ਼ਿਕਰ ਹੁੰਦਾ ਹੈ। ਕੱਲ ਨੂੰ ਅਸੀਂ NK ਸ਼ਰਮਾ ਨੂੰ ਟਿੱਕਾ ਲਾ ਕੇ ਦੇਖਾਂਗੇ ਕਿਤੇ ਮੱਥਾ ਟੇਕਦੇ ਹੋਏ ਔਰ ਵੋਟ ਮੰਗਦੇ ਹੋਏ ਰਾਮ ਦੇ ਨਾਮ ਤੇ। ਭਗਵਾਨ ਰਾਮ ਜੀ ਨੇ ਤੁਹਾਡੀ ਆਤਮਾ 'ਚ ਹੋਣੇ ਚਾਹੀਦੇ ਆ, ਤੁਹਾਡੇ ਕਰੈਕਟਰ 'ਚ ਹੋਣੇ ਚਾਹੀਦੇ ਆ। ਤੁਸੀਂ ਮਾਰੋ ਠੱਗੀਆਂ ਤੇ ਕਹੋ ਭਗਵਾਨ ਰਾਮ ਦੇ ਨਾਂ ਤੇ ਵੋਟਾਂ ਦੇ ਦਿਓ, ਕੋਈ ਦੇਊਗਾ? ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਮੇਰੇ ਤੇ ਕਿ ਮੈਂ ਨਾ ਜੀ ਭਗਵਾਨ ਰਾਮ ਜੀ ਨੇ ਜਿਹੜੇ ਉਪਦੇਸ਼ ਦੇ ਆ, ਮੈਂ ਉਹ ਉਪਦੇਸ਼ ਆਪਣੀ ਜ਼ਿੰਦਗੀ 'ਚ ਗ੍ਰਹਿਣ ਕਰੇ। ਪਟਿਆਲਾ 'ਚ ਅਯੋਧਿਆ ਔਰ ਰਾਮ ਮੰਦਿਰ ਔਰ ਨਰਿੰਦਰ ਮੋਦੀ ਚਿਹਰਾ, ਕਿੰਨਾ ਕੁ ਅਸਰ ਤੁਹਾਨੂੰ ਲੱਗਦਾ ਨਜ਼ਰ ਆਏਗਾ? ਭਾਜੀ, ਦੋ ਚੀਜ਼ਾਂ ਹੀ ਹੈਗੀਆਂ ਬਸ। ਪਟਿਆਲੇ ਦੇ ਲੋਕ ਸੂਝਵਾਨ ਆ, ਇਮੋਸ਼ਨਲ ਹੋ ਕੇ ਵੋਟਾਂ ਨਹੀਂ ਪਾਉਣਗੇ। ਪਹਿਲਾਂ 2 ਵਾਰੀ ਵੱਡੀਆਂ ਤਜਰਬੇ ਪੰਜਾਬ ਦੇ ਲੋਕਾਂ ਨੇ ਕਰ ਲਏ। ਪਹਿਲਾਂ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸਰਕਾਰ ਬਣਾ ਲਈ। ਦੁਬਾਰਾ ਭਗਵੰਤ ਮਾਨ ਜੀ ਨੇ ਵੱਡੀ ਵੱਡੀਆਂ ਕਮਿਟਮੈਂਟਾਂ ਕਰਕੇ ਵੀ ਮੈਂ ਸਿਕਿਉਰਿਟੀ ਨਹੀਂ ਲਊਂਗਾ, ਕਰਪਸ਼ਨ ਖਤਮ ਕਰ ਦੂੰਗਾ, ਨਸ਼ੇ ਬੰਦ ਕਰ ਦੂੰਗਾ, 1000 ਰੁਪਏ ਲੇਡੀ ਉਸ ਟਾਈਮ ਧੋਖਾ ਦੇ ਰਿਹਾ। ਪੰਜਾਬ ਦੇ ਲੋਕ ਪਾਰਟੀ ਦਾ ਕੈਂਡੀਡੇਟ ਦਾ ਕਿਰਦਾਰ ਦੇਖਣਗੇ। ਜਿਹੜੇ ਦਲ ਬਦਲੂ ਆ ਨਾ ਵੀ ਅੱਜ ਕਿਤੇ ਦੂਸਰੇ ਪਾਸੇ ਆ, ਉਹਨਾਂ ਨੂੰ ਬਿਲਕੁਲ ਵੀ ਮੂੰਹ ਨਹੀਂ ਲਾਣਗੇ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਹੈ ਪਟਿਆਲਾ, ਉਹਨਾਂ ਦੇ ਪੂਰਵਜਾਂ ਨੇ ਇਹ ਪਟਿਆਲਾ ਵਸਾਇਆ ਸੀ, ਉਸ ਗੜ੍ਹ ਦੇ ਵਿੱਚ ਸੇਂਧ ਮਾਰੀ ਅਕਾਲੀ ਦਲ ਬਿਨਾਂ BJP ਤੋਂ ਕਿਵੇਂ ਕਰੇਗਾ? BJP ਨੂੰ ਤੁਸੀਂ ਲੋਕ ਸਭਾ ਹਲਕੇ 'ਚ ਚੈੱਕ ਕਰ ਲਿਓ ਕਿੰਨੀ ਕੁ ਵੋਟ ਪੈਂਦੀ ਸੀ ਅੱਗੇ। ਸੋ ਮਤਲਬ ਇਹ ਆ ਵੀ ਪੰਜਾਬ ਦੇ ਲੋਕ ਜਿਹੜੇ ਆ ਨਾ ਜੀ, ਰਾਮ ਦੇ ਨਾਂ 'ਤੇ ਜਾਂ ਕੋਈ ਦੂਸਰੀ ਗੱਲ ਨਹੀਂ, ਕਾਰਗੁਜ਼ਾਰੀ ਦੇ ਨਾਂ 'ਤੇ ਫੈਸਲੇ ਲੈਣਗੇ। ਔਰ ਰਾਮ ਤਾਂ ਸਾਡੇ ਕਣ ਕਣ 'ਚ ਵਸਿਆ ਹੋਇਆ, ਹਰ ਪੰਜਾਬੀ ਉਹਦੇ ਉਪਦੇਸ਼ 'ਤੇ ਚੱਲਦਾ ਆ। ਅਸੀਂ ਤਾਂ ਗੁਰੂ ਸਾਹਿਬ ਦੀ ਬਾਣੀ ਨੂੰ ਵੀ ਮੰਨਦੇ ਹਾਂ, ਭਗਵਾਨ ਰਾਮ ਜੀ ਨੂੰ ਵੀ ਮੰਨਦੇ ਹਾਂ। ਪਰ ਤੁਸੀਂ ਇਹਦਾ ਅਮਰਿੰਦਰ ਸਿੰਘ ਦਾ 2 ਵਾਰੀ CM ਰਿਹਾ, ਤੁਸੀਂ ਕਹਿ ਰਹੇ ਹਾਂ ਵੀ ਪਟਿਆਲੇ ਵਾਲਿਆਂ ਨੇ ਨਹੀਂ ਅਮਰਿੰਦਰ ਸਿੰਘ ਨੂੰ ਹਰਾਇਆ? ਪਟਿਆਲੇ ਦੇ ਲੋਕਾਂ ਨੇ ਅਮਰਿੰਦਰ ਸਿੰਘ ਨੂੰ ਹਰਾਇਆ ਨਹੀਂ ਪਿੱਛੇ? ਜੇ ਕਾਰਗੁਜ਼ਾਰੀ ਠੀਕ ਹੁੰਦੀ ਤਾਂ ਕਿਉਂ ਹਰਾਉਂਦੇ ਉਹਨੂੰ? ਤੁਸੀਂ ਮੈਨੂੰ ਮੋਹਾਲੀ 'ਚ ਡਿਊਟੀ ਲੱਗੀ ਮੇਰੀ, ਤੁਸੀਂ ਮੋਹਾਲੀ ਦੀ ਡਿਵੈਲਪਮੈਂਟ ਨੂੰ ਕੰਪੇਅਰ ਕਰ ਲਿਓ ਤੇ
ਪਟਿਆਲੇ ਦੀ ਡਿਵੈਲਪਮੈਂਟ ਨੂੰ ਕੰਪੇਅਰ ਕਰ ਲਿਓ। ਮੈਂ ਤਾਂ ਇੱਕ CPSE ਦਾ ਜਾਂ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਨਹੀਂ ਰਿਹਾ, ਇਹ ਤਾਂ CM ਰਹੇ ਹਾਂ। ਜਿੰਨੀ ਡਿਵੈਲਪਮੈਂਟ ਮੈਂ ਮੋਹਾਲੀ ਡੇਰਾ ਵਸੀ ਲਾਲੜੂ ਅਤੇ ਜੀਰਕਪੁਰ 'ਚ ਕਰੀ ਆ ਨਾ, ਜਿੰਨਾ ਪੈਸਾ ਖਰਚ ਕਰਿਆ, ਜੇ ਅਮਰਿੰਦਰ ਸਿੰਘ ਨੇ CM ਹੁੰਦੇ 10% ਵੀ ਕਰਦਿਆ ਹੋਏ ਨਾ, ਤਾਂ ਵੀ ਉਹ ਵੋਟਾਂ ਦੇ ਹੱਕਦਾਰ ਹੈਗੇ। ਤੁਹਾਡੇ ਵਿਰੋਧੀ ਇਹ ਕਹਿੰਦੇ ਨੇ, ਕਹਿੰਦੇ ਕਿ ਅਕਾਲੀ ਦਲ ਬੀਜੇਪੀ ਦਾ ਅਲਾਇੰਸ ਤਾਂ ਪੱਕਾ ਵਾ, ਕਹਿੰਦੇ ਇਲੈਕਸ਼ਨ ਤੋਂ ਬਾਅਦ 27 'ਚ ਤੁਸੀਂ ਦੇਖ ਲਿਓ ਅਕਾਲੀ ਬੀਜੇਪੀ ਇਕੱਠੇ ਹੋਏਗੀ। ਤੁਸੀਂ ਸਾਡੇ ਵਿਰੋਧੀਆਂ ਦਾ ਕਰੈਕਟਰ ਹੀ ਦੇਖ ਲਿਓ। ਪਹਿਲੀ ਗੱਲ ਤਾਂ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੀ ਲੜਾਈ ਲੜਦਾ ਰਿਹਾ, ਲੜਦਾ ਰਹੂਗਾ, ਕਿਸੇ ਕੀਮਤ 'ਤੇ ਵੀ ਪੰਜਾਬ ਦੇ ਹੱਕਾਂ ਦੇ ਅਗੇਂਸਟ ਜਾ ਕੇ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਵੀ ਕੀਮਤ 'ਤੇ, ਬਿਲਕੁਲ ਕਲੀਅਰ ਆ। ਦੂਸਰੀ ਵਾਰ ਦੁਬਾਰਾ ਅਲਾਇੰਸ ਨਹੀਂ ਹੋਏਗਾ ਬੀਜੇਪੀ ਦੇ ਨਾਲ, 200% ਪੰਜਾਬ ਦੇ ਹਿੱਤਾਂ ਦੇ ਖਿਲਾਫ ਕਿਸੇ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੋਊਗਾ। ਦੂਸਰੀ ਗੱਲ, ਜਿਹੜੇ ਵਿਰੋਧੀ ਕਹਿ ਰਹੇ ਆ ਉਹਨਾਂ ਦਾ ਕਰੈਕਟਰ ਤਾਂ ਜੱਜ ਕਰ ਲਿਓ। ਕਾਂਗਰਸ ਭਗਵੰਤ ਮਾਨ ਆ ਚੰਡੀਗੜ੍ਹ ਦੇ ਅੰਦਰ ਜਾ ਕੇ ਕਹਿੰਦਾ ਆ ਵੀ ਕਾਂਗਰਸ ਬੜੀ ਵਧੀਆ ਪਾਰਟੀ ਆ, ਇਹਦੀ ਮਦਦ ਕਰੋ, ਇਹਨੂੰ ਵੋਟਾਂ ਪਾਓ, ਰਾਹੁਲ ਗਾਂਧੀ ਜਿਹੜਾ ਨਾ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਚੰਡੀਗੜ੍ਹ 'ਚ ਜਾ ਕੇ। ਇਹੀ ਸ਼ਬਦ ਹਰਿਆਣੇ 'ਚ ਜਾ ਕੇ ਬੋਲਦਾ ਹੈਗਾ, ਪੰਜਾਬ 'ਚ ਆ ਕੇ ਕਹਿੰਦਾ ਹੈਗਾ, ਪੰਜਾਬ ਆ ਕੇ ਕਹਿੰਦਾ ਵੀ ਰਾਹੁਲ ਗਾਂਧੀ, ਗਾਂਧੀ ਪਰਿਵਾਰ ਪੰਜਾਬ ਦਾ ਦੁਸ਼ਮਣ ਆ, ਗਾਂਧੀ ਪਰਿਵਾਰ ਨੇ ਅਕਾਲ ਤਖ਼ਤ ਸਾਹਿਬ 'ਤੇ ਅਟੈਕ ਕਰਵਾਇਆ, ਗਾਂਧੀ ਪਰਿਵਾਰ ਨੇ 84 'ਚ ਕਤਲੇਆਮ ਕਰਵਾਇਆ, ਗਾਂਧੀ ਪਰਿਵਾਰ ਨੇ ਭ੍ਰਿਸ਼ਟਾਚਾਰ ਕਰਿਆ। ਪੰਜਾਬ 'ਚ ਆ ਕੇ ਕਾਂਗਰਸ ਨੂੰ ਗਾਲਾਂ ਕੱਢਦਾ ਆ ਅਤੇ ਬਾਹਰਲੀਆਂ ਸਟੇਟਾਂ 'ਚ ਜਾ ਕੇ ਕਾਂਗਰਸ ਦੀ ਤਾਰੀਫ ਕਰਦਾ ਆ। ਇਹੀ ਹਾਲ ਕਾਂਗਰਸੀਆਂ ਦਾ, ਕਾਂਗਰਸੀ ਲੀਡਰ ਦਾ। ਖੜਗੇ ਸਾਹਿਬ ਪੰਜਾਬ 'ਚ ਆ ਕੇ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢਦੇ ਆ ਅਤੇ ਹਰਿਆਣੇ 'ਚ ਜਾ ਕੇ ਆਮ ਆਦਮੀ ਪਾਰਟੀ ਦੀ ਤਾਰੀਫ ਕਰਦੇ ਆ। ਸੋ ਇਹਨਾਂ ਦੇ ਦੋਗਲੇ ਚਿਹਰੇ ਤਾਂ ਇਹਨਾਂ ਵੋਟਾਂ 'ਚ ਨਜ਼ਰ ਆ ਰਹੇ ਆ, ਸਾਡੇ ਕਰੈਕਟਰ 'ਤੇ ਡਾਊਟ ਕਰਦੇ ਆ। ਕਿਉਂਕਿ ਹੁਣ ਤੁਸੀਂ ਨੋਮੀਨੇਸ਼ਨ ਭਰਨਾ ਹੈ, ਔਰ ਤੁਹਾਡੇ ਕੋਲ ਕਿੰਨੀ ਕੁ ਇਸ ਵੇਲੇ ਪ੍ਰੋਪਰਟੀ ਹੈ, ਕਿੰਨਾ ਕੁ ਤੁਹਾਡੇ ਕੋਲ ਬੈਂਕ ਬੈਲੈਂਸ ਹੈ, ਕਿਉਂਕਿ NK ਸ਼ਰਮਾ ਡੇਰਾਬੱਸੀ 'ਚ ਇੱਕ ਬਹੁਤ ਵੱਡਾ ਨਾਮ ਹੈ। ਜਿਹੜਾ ਪ੍ਰੋਪਰਟੀ ਆ ਜਾਂ ਬੈਂਕ ਬੈਲੈਂਸ ਆ, ਉਹ ਤੋਂ ਕਾਗਜ਼ ਜਿਸ ਦਿਨ ਭਰਾਂਗੇ ਉਸ ਦਿਨ ਸਾਰਾ ਕੁਝ ਸ਼ੋਅ ਹੋ ਜਾਣਾ, ਤੁਸੀਂ ਚੈੱਕ ਕਰ ਲਿਓ। ਪਰ ਪਰਮਾਤਮਾ ਦੀ ਇਹ ਕਿਰਪਾ ਕਿ ਮੈਨੂੰ ਪਰਮਾਤਮਾ ਨੇ ਹਰ ਚੀਜ਼ ਉਮੀਦ ਤੋਂ ਵੱਧ ਦੇਈ। ਤੁਸੀਂ ਦੇਖੋ ਵੀ ਮੈਂ ਸਰਪੰਚੀ ਤੋਂ ਚੱਲਿਆ, ਅੱਜ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਜਾ ਰਿਹਾ। ਮੇਰੇ ਵਾਸਤੇ ਇਸ ਤੋਂ ਵੱਡੀ ਗੱਲ ਕੋਈ ਵੀ ਨਹੀਂ ਹੋ ਸਕਦੀ। ਮੇਰੇ ਪੈਰਾਂ 'ਚ ਜੁੱਤੀ ਵੀ ਨਹੀਂ ਹੁੰਦੀ ਸੀ ਔਰ ਪਰਮਾਤਮਾ ਨੇ ਮੈਨੂੰ ਕਾਰਾਂ 'ਚ ਗੱਡੀਆਂ 'ਚ ਬਿਠਾ ਦਿਆ, ਇਸ ਤੋਂ ਵੱਡੀ ਗੱਲ ਵੀ ਕੋਈ ਨਹੀਂ ਹੁੰਦੀ। ਜੇ ਮੈਂ ਚੰਡੀਗੜ੍ਹ ਦੇ ਨੇੜੇ ਪੈਦਾ ਨਾ ਹੁੰਦਾ ਜਾਂ ਮੇਰੇ ਮਾਂ ਬਾਪ ਜਿਹੜੀ 14-15 ਏਕੜ 'ਚ ਖੇਤੀ ਕਰਕੇ ਮੈਨੂੰ ਪੜ੍ਹਾ ਲਿਖਾ ਕੇ ਇੱਥੇ ਤੱਕ ਪਹੁੰਚਾਇਆ, ਜੇ ਉਹ ਪਹਿਲਾਂ ਹੀ ਜ਼ਮੀਨ ਵੇਚ ਦਿੰਦੇ ਤਾਂ ਅੱਜ NK ਸ਼ਰਮਾ ਬਿਲਡਰ ਨਾ ਬਣਦਾ। ਮੈਂ ਐਜੂਕੇਸ਼ਨ ਦਾ ਵੀ ਮੇਰਾ ਬਿਜ਼ਨਸ ਆ ਅਤੇ ਰੀਅਲ ਸਟੇਟ ਦਾ ਵੀ ਮੇਰਾ ਬਿਜ਼ਨਸ ਆ ਅਤੇ ਹੋਸਪਿਟੈਲਿਟੀ 'ਚ ਵੀ ਮੈਂ ਹਾਂ। ਇਹ ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਆ। ਪਰ ਮੈਂ ਜੋ ਵੀ ਕੰਮ ਅੱਜ ਤੱਕ ਕਰਿਆ ਪੂਰੀ ਇਮਾਨਦਾਰੀ ਨਾਲ, ਸੇਵਾਦਾਰ ਬਣ ਕੇ। ਕਹਿੰਦੇ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ, ਉਹਨਾਂ ਦੇ ਦੇਹਾਂਤ ਤੋਂ ਬਾਅਦ, ਕਿਤੇ ਨਾ ਕਿਤੇ ਜਿੱਥੇ ਉਹਨਾਂ ਦੀ ਕਮੀ ਜਾਂ ਉਹਨਾਂ ਦੀ ਸਟ੍ਰੈਟਜੀ ਜਾਂ ਜਿਸ ਤਰੀਕੇ ਨਾਲ ਉਹਨਾਂ ਦਾ ਲੋਕਾਂ ਨਾਲ ਮਿਲਨਸਾਰ ਸੀ, ਉਹ ਜਿਹੜੀ ਅਗਲੀ ਲੀਡਰਸ਼ਿਪ ਹੈ ਉਸ ਵਿੱਚ ਉਹ ਚੀਜ਼ ਨਜ਼ਰ ਨਹੀਂ ਆਉਂਦੀ, ਇਸ ਕਰਕੇ ਅਕਾਲੀ ਦਲ ਉਸ ਜਗ੍ਹਾ 'ਤੇ ਨਹੀਂ ਹੈਗਾ। ਨਹੀਂ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਇਸ ਸਦੀ ਦੇ ਮਹਾਨਾਇਕ ਸੀਗੇ, ਬਹੁਤ ਮਹਾਨ ਲੀਡਰ ਸੀਗੇ ਔਰ ਉਹਨਾਂ ਦਾ ਤੁਸੀਂ ਦੇਖੋ ਵੀ 70 ਸਾਲ ਉਹ ਪੋਲੀਟਿਕਸ 'ਚ ਰਹੇ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅੱਜ ਏਜ 60 ਸਾਲ ਹੈਗੀ, ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜੋ ਗੁਣ ਸੀਗੇ ਉਹ ਹੂਬਹੂ ਸੁਖਬੀਰ ਸਿੰਘ ਬਾਦਲ ਜੀ ਨੇ ਉਹਨਾਂ ਨੂੰ ਗ੍ਰਹਿਣ ਕਰਿਆ। ਅੱਜ ਪੰਜਾਬ ਦੀਆਂ ਕੋਈ ਸੜਕਾਂ ਦੇਖ ਲਿਓ, ਏਅਰਪੋਰਟ ਦੇਖ ਲਿਓ, ਬਿਜਲੀ ਦੇਖ ਲਿਓ, ਐਜੂਕੇਸ਼ਨ ਦੇਖਦੇ ਹੋ, ਹਰ ਚੀਜ਼ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਆਪਣੀ ਛਾਪ ਜਿਹੜੀ ਉਹ ਛੱਡੀ ਆ। ਬਾਲ ਸਾਹਿਬ ਦੀ ਝਲਕ ਉਹਨਾਂ ਦੇ ਕੰਮਾਂ 'ਚ, ਉਹਨਾਂ ਦੀ ਨਿਮਰਤਾ 'ਚ, ਉਹਨਾਂ ਦੀ ਮਿਹਨਤ 'ਚ,
ਸਾਫ ਦਿਖਾਈ ਦਿੰਦੀ ਆ। ਔਰ ਬਾਦਲ ਸਾਹਿਬ ਦੀ ਜਿਹੜੀ ਸੋਚ, ਬਾਦਲ ਸਾਹਿਬ ਦੀ ਜਿਹੜੀ ਸੋਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ, ਪਹਿਲੀ ਗੱਲ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਆ, ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਵੀ ਪੰਜਾਬੀਆਂ ਨੂੰ ਦਿਆ, ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਵੀ। ਤਿੰਨ ਹਿੰਦੂ ਉਮੀਦਵਾਰਾਂ ਨੂੰ ਤੁਸੀਂ ਦੇਖੋ, ਮੈਨੂੰ ਇੱਥੋਂ ਟਿਕਟ ਦੇਈ, ਜੋਸ਼ੀ ਜੀ ਨੂੰ ਅੰਮ੍ਰਿਤਸਰ ਤੋਂ ਦੇਈ, KP ਜੀ ਨੂੰ ਜਲੰਧਰ ਤੋਂ ਦੇਈ, ਜੇ ਤਿੰਨ ਅਸੀਂ BJP ਨੂੰ ਸੀਟਾਂ ਦਿੰਦੇ ਤਾਂ ਤਿੰਨੇ ਹਿੰਦੂ ਸੀਟਾਂ ਅੱਜ ਵੀ ਲੜਾਈਆਂ, ਅਤੇ ਮੁਸਲਮਾਨ ਬਰਾਦਰੀ ਨੂੰ ਅਸੀਂ ਮਲੇਰਕੋਟਲੇ ਤੋਂ MLA ਦੀ ਚੋਣ ਲੜਾਉਂਦੇ ਹਾਂ। ਪੰਜਾਬ ਦੇ ਅੰਦਰ ਪੰਜਾਬ ਪੰਜਾਬੀਆਂ ਦਾ, ਔਰ ਪੰਜਾਬੀ ਸਰਬੱਤ ਦੇ ਭੱਲੇ ਦੀ ਗੱਲ ਸਦਾ ਕਰਦੇ ਹਾਂ, ਕਿਸੇ ਇੱਕ ਧਰਮ ਦੇ ਭੱਲੇ ਦੀ ਗੱਲ ਨਹੀਂ। ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਸਤੇ ਪਾਰਟੀਆਂ ਦੇ ਕਿਰਦਾਰ, ਕੈਂਡੀਡੇਟ ਦੇ ਕਿਰਦਾਰ, ਪਾਰਟੀਆਂ ਦੀ ਕਾਰਗੁਜ਼ਾਰੀ ਅਤੇ ਕੈਂਡੀਡੇਟਾਂ ਦੀ ਕਾਰਗੁਜ਼ਾਰੀ, ਜਦੋਂ ਪੰਜਾਬੀ ਇਹ ਸਾਰੀਆਂ ਚੀਜ਼ਾਂ ਚੈੱਕ ਕਰਕੇ ਫੈਸਲਾ ਲੈਣਗੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਨੰਬਰ 1 'ਤੇ ਆਊਗਾ। 2 ਵਾਰੀ ਪੰਜਾਬੀਆਂ ਨੇ ਤਜਰਬੇ ਕਰ ਲਏ, ਮੇਰੇ ਖਿਆਲ ਨੂੰ ਤੀਸਰੀ ਵਾਰੀ ਤਜਰਬਾ ਨਹੀਂ ਕਰਨਗੇ। ਲੇਕਿਨ ਅਕਾਲੀ ਦਲ ਜਦੋਂ ਕਿਸਾਨਾਂ ਦਾ ਜ਼ਿਕਰ ਹੁੰਦਾ, BJP ਦੇ ਉਮੀਦਵਾਰਾਂ ਦਾ ਘੇਰਾਵ ਹੁੰਦਾ ਵੈ, ਅਕਾਲੀ ਦਲ 'ਤੇ ਵੀ ਇਲਜ਼ਾਮ ਲੱਗਦੇ ਨੇ ਕਿ ਉਸ ਵੇਲੇ ਅਕਾਲੀ ਦਲ ਨਾਲ ਸੀਗਾ। ਭਾਅ ਜੀ, ਅੱਜ ਤੱਕ ਜਿੰਨਾ ਕਿਸਾਨਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਕਰਿਆ, ਕਿਸੇ ਨੇ ਨਹੀਂ ਕਰਿਆ। ਸਭ ਤੋਂ ਪਹਿਲਾਂ ਤਾਂ ਆਹ ਟਰੈਕਟਰ 'ਤੇ ਆਪਾਂ ਚੜ੍ਹੇ ਹਾਂ, ਬਾਦਲ ਸਾਹਿਬ ਨੇ ਇਹਨੂੰ ਗੱਡਾ ਕਹਿ ਕੇ ਇਹਦਾ ਟੈਕਸ ਮਾਫ਼ ਕਰਿਆ, ਫਿਰ ਪਹਿਲੀ ਵਾਰੀ ਮੋਟਰਾਂ ਦੇ ਬਿੱਲ ਬਾਦਲ ਸਾਹਿਬ ਨੇ ਮਾਫ਼ ਕਰੇ। ਜੇ 14 ਲੱਖ ਕਨੈਕਸ਼ਨ ਆ ਤਾਂ 13 ਲੱਖ ਬਾਦਲ ਸਾਹਿਬ ਦੀ ਸਰਕਾਰ 'ਚ ਦਏ ਹੋਏ ਆ। ਜਿੰਨੀਆਂ ਖਾਲਾਂ ਸੂਏ ਪਾਣੀ ਦੇਣ ਵਾਸਤੇ ਬਣਾਈਆਂ, 80% ਬਾਦਲ ਸਾਹਿਬ ਨੇ ਬਣਾਈਆਂ। ਫਿਰ ਸਭ ਤੋਂ ਵੱਡੀ ਗੱਲ, ਜ਼ਿਮੀਂਦਾਰ ਵੀਰ ਜਦੋਂ ਆਪਣੇ ਬੱਚਿਆਂ ਦੇ ਨਾਂ 'ਤੇ ਵਸੀਅਤ ਕਰਵਾਉਂਦੇ ਅਤੇ ਰਜਿਸਟਰੀ ਕਰਵਾਉਂਦੇ ਅਤੇ ਬਹੁਤ ਸਾਰੇ ਪੈਸੇ ਲੱਗਦੇ ਤੇ, ਬਾਦਲ ਸਾਹਿਬ ਨੇ ਜਿਹੜੀ ਬਲੱਡ 'ਚ ਰਜਿਸਟਰੀ ਹੁੰਦੀ ਆ, ਮਤਲਬ ਭਰਾ ਦੀ ਆ, ਮਾਂ ਬਾਪ ਦੀ ਆ, ਬਜ਼ੁਰਗ ਦੀ, ਉਹ ਸਾਰੀ ਰਜਿਸਟਰੀਆਂ ਜਿਹੜੀਆਂ ਸਟੈਂਪ ਡਿਊਟੀ ਫ੍ਰੀ ਕਰੀ। 2 ਲੱਖ ਕਰੋੜ ਰੁਪਏ ਦਾ ਫਾਇਦਾ ਕਿਸਾਨਾਂ ਨੂੰ ਜਿਹੜਾ ਹੋਇਆ ਹੈਗਾ, ਔਰ ਕਿਸਾਨਾਂ ਦੀ MSP ਦੀ ਲੜਾਈ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸਟਾਰਟ ਕਰੀ ਤੀ। ਪੰਜਾਬ 'ਚ ਜਿੰਨੀਆਂ ਮੰਡੀਆਂ ਬਣੀਆਂ 80% ਬਾਦਲ ਸਾਹਿਬ ਨੇ ਬਣਾਈਆਂ, ਜਿੰਨੀਆਂ ਮੰਡੀਆਂ ਨੂੰ ਲਿੰਕ ਰੋਡਾਂ ਬਣੀਆਂ ਬਾਦਲ ਸਾਹਿਬ ਨੇ ਬਣਾਈ, ਜਿੰਨੇ ਪੰਜਾਬ 'ਚ ਫੋਗਲ ਪੁਆਇੰਟ ਬਣੇ ਆ, ਮੰਡੀਆਂ ਜਿੱਥੇ ਕਣਕਾਂ ਜੀਰੀ ਅੱਜ ਵੇਚੀ ਜਾਂਦੀ ਆ, ਬਾਦਲ ਸਾਹਿਬ ਨੇ ਬਣਾਏ। ਐਗਰੀਕਲਚਰ ਦਾ ਬੈਸਟ ਇਨਫਰਾਸਟ੍ਰਕਚਰ ਜਿਹੜਾ ਕ੍ਰੀਏਟ ਕਰਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਰਿਆ, ਔਰ ਕਿਸਾਨ ਬਾਦਲ ਸਾਹਿਬ 'ਤੇ ਪੂਰਾ ਭਰੋਸਾ ਕਰਦੇ। ਮੈਂ ਤਾਂ ਬੇਨਤੀ ਕਰਦਾ ਕਿ ਜੇ ਕਿਰਦਾਰ ਔਰ ਕਾਰਗੁਜ਼ਾਰੀ 'ਤੇ ਫੈਸਲਾ ਹੋਣਾ, ਮੇਰਾ ਮੁਕਾਬਲਾ ਕਿਸੇ ਨਾਲ ਨਹੀਂ ਹੋਣਾ, ਆਪਾਂ ਅੱਗੇ ਨਿਕਲ ਜਾਣਾ। ਅਜੇ ਤੱਕ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਾਡੇ 9 ਦੇ 9 ਹਲਕਾ ਇੰਚਾਰਜ ਕੰਪੇਨ ਕਰ ਰਹੇ ਹਾਂ, ਮੇਰੀ ਕੰਪੇਨ ਵੀ ਲਗਾਤਾਰ ਚੱਲ ਰਹੀ ਆ, ਕਾਂਗਰਸ ਦੀ ਕੰਪੇਨ ਦਾ, ਕਿਉਂਕਿ ਗਾਂਧੀ ਜੀ ਪਹਿਲਾਂ ਆਪ 'ਚ ਅਤੇ ਫਿਰ ਆਜ਼ਾਦ ਹੋ ਗਏ, ਹੁਣ ਕਾਂਗਰਸ 'ਚ ਵੜ ਕੇ ਕਾਂਗਰਸੀ ਉਹ ਡੱਟ ਕੇ ਵਿਰੋਧ ਕਰ ਰਹੇ ਹਾਂ, ਕਿਉਂਕਿ ਪਹਿਲਾਂ ਉਹ ਕਾਂਗਰਸ ਨੂੰ ਹੀ ਸਭ ਤੋਂ ਵੱਧ ਗਾਲਾਂ ਕੱਢਦਾ ਤਾ, ਪਹਿਲਾਂ ਫੈਡਰਲ ਢਾਂਚੇ ਦੀ ਵਕਾਲਤ ਕਰਦਾ ਸੀਗਾ। ਅੱਜ ਕਾਂਗਰਸ ਦੇ 9 ਦੇ 9 ਜਿਹੜੇ ਲੀਡਰ ਆ ਉਹ ਬਗਾਵਤ 'ਤੇ ਹੈਗੇ ਆ। ਇਸੇ ਤਰ੍ਹਾਂ BJP ਦਾ ਜਿਹੜਾ ਓਰੀਜਨਲ ਕਾਡਰ ਆ ਉਹ ਮਹਾਰਾਣੀ ਪ੍ਰਨੀਤ ਕੌਰ ਦਾ ਡੱਟ ਕੇ ਵਿਰੋਧ ਕਰ ਰਿਹਾ, ਆਪ ਦੀ ਜਿਹੜੀ ਹਵਾ ਨਿਕਲ ਚੁੱਕੀ ਆ। ਸੋ ਸਾਡੀ ਸਟਰੈਂਥ, ਸਾਡਾ ਕਾਡਰ, ਸਾਡੀ ਏਕਤਾ, 9 ਦੇ 9 ਹਲਕੇ ਦੇ ਲੀਡਰ ਜਿਹੜੀ ਕੰਪੇਨ ਕਰ ਰਹੇ ਉਹ ਆ, ਮੈਨੂੰ ਲੱਗਦਾ ਨਹੀਂ ਕਿ ਮੈਨੂੰ ਜਿੱਤਣ 'ਚ ਕੋਈ ਪ੍ਰੋਬਲਮ ਆ। ਚਲੋ, ਬੈਸਟ ਆਫ ਲੱਕ ਸ਼ਰਮਾ ਜੀ। NK ਸ਼ਰਮਾ, ਨਰਿੰਦਰ ਕੁਮਾਰ ਸ਼ਰਮਾ ਜਿਹੜੇ ਨੇ ਅਕਾਲੀ ਦਲ ਦੇ ਉਮੀਦਵਾਰ, ਟਰੈਕਟਰ 'ਤੇ ਗੇੜੀ ਇਹਨਾਂ ਦੇ ਨਾਲ ਲਗਾ ਰਹੇ ਸੀਗੇ, ਔਰ ਇਹਨਾਂ ਦਾ ਵਿਜ਼ਨ ਜਾਣਿਆ ਔਰ ਤਮਾਮ ਮਸਲਿਆਂ 'ਤੇ ਖੁੱਲ੍ਹ ਕੇ ਗੱਲਬਾਤ ਜਿਹੜੀ ਕੀਤੀ। ਟਰੈਕਟਰ 'ਤੇ ਗੇੜੀ ਤੁਹਾਨੂੰ ਕਿਹੋ ਜਿਹੀ ਲੱਗੀ, ਜ਼ਰੂਰ ਸਾਨੂੰ ਫੀਡਬੈਕ ਦਿਓ। ਨਿਊਜ਼ 18 ਦੇ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੈਂ ਅਤੇ ਮੇਰੇ ਸਹਿਯੋਗੀ ਰਜਿੰਦਰ ਨੂੰ ਦਿਓ ਜ਼ਿਆਦਾ ਧੰਨਵਾਦ।